ਬਿਸਮਿਲਲਾ ਰਹਿਮਾਨ ਰਹੀਮ ਨਵਾ ਸਾਹਿਬ ਜਿਸ ਜਗ੍ਹਾ ਤੇ ਅਸੀਂ ਆਏ ਆ ਸਾਡੇ ਆਸੇ-ਪਾਸੇ ਘਰਾਂ ਦੇ ਵਿੱਚ ਬੇਸ਼ੁਮਾਰ ਜਾਨਵਰ ਵੀ ਅਸੀਂ ਦੇਖੇ ਨੇ ਤੇ ਮਸਜਿਦ ਵੀ ਦੇਖੀ ਹੈ ਮਾਸ਼ਾਅੱਲਾ ਇਸ ਪਿੰਡ ਦੀ ਮੇਰੇ ਖਿਆਲ ਦੇ ਵਿੱਚ ਸਭ ਤੋਂ ਬੜੀ ਮਸਜਿਦ ਆ ਤੇ ਅੱਲਾਹ ਪਾਕ ਸਾਨੂੰ ਫਿਰ ਇੱਕ ਭੈਣ ਦੇ ਘਰ ਲੈ ਕੇ ਆਏ ਆਓ ਚੱਲਦੇ ਹਾਂ ਅਸਲਾਮ ਵਾਲੇਕੁਮ ਭੈਣ ਜੀ ਵਾਲੇਕੁਮ ਸਲਾਮ ਕੀ ਨਾਮ ਮੇਰੀ ਭੈਣ ਦਾ ਮਮਤਾਜ਼ ਮਮਤਾਜ਼ ਹਾਂ ਜੀ ਤੇ ਮਮਤਾਜ਼ ਭੈਣ ਤੁਹਾਡਾ ਮੀਆਂ ਕੀ ਕਰਦਾ ਜੇ ਵਫਾਤ ਪਾ ਗਏ ਹੋ ਗਏ ਆ 3 ਸਾਲ ਹੋ ਗਏ ਵਫਾਤ ਪਾ ਗਏ ਨੇ ਅੱਛਾ ਤੇ ਫਿਰ ਘਰ ਦਾ ਸਿਸਟਮ ਕਿਵੇਂ ਚੱਲਦਾ ਜੇ ਘਰ ਦਾ ਸਿਸਟਮ ਇਦਾਂ ਪੈਣਾ ਪਰ ਆਵਦੀ ਮਦਦ ਨਾਲ ਚੱਲਦਾ ਵਾ ਅੱਛਾ ਹਾਂ ਜੀ ਤੇ ਭੈਣ ਭਰਾ ਕਰ ਸਪੋਰਟ ਕਰ ਰਹੇ ਨੇ ਹਾਂ ਜੀ ਕਰਦੇ ਭੈਣ ਭਰਾ ਸਪੋਰਟ ਕਰਦੇ ਨੇ ਕਰਦੇ ਜੇ ਕਿਸੇ ਵੇਲੇ ਨਹੀਂ ਵੀ ਕਰਦੇ ਬਾਹਰ ਖੇਤਾਂ 'ਚ ਕੰਮ ਕਰੀਦਾ ਸ਼ੁਕਰ ਅੱਛਾ ਅੱਛਾ ਜਿਸ ਵਕਤ ਨਹੀਂ ਕਰਦੇ ਫਿਰ ਉਦੋਂ ਕਿਵੇਂ ਸਿਸਟਮ ਚੱਲਦਾ ਜੇ ਤੁਹਾਡਾ ਘਰ ਦਾ ਗੁਜ਼ਾਰਾ ਵਿੱਚ ਬਾਹਰ ਸਬਜ਼ੀਆਂ ਥੋੜੀ ਦੀਆਂ ਸਬਜ਼ੀਆਂ ਥੋੜੀ ਦੀਆਂ ਵਾ ਅੱਛਾ ਫਿਰ ਮਿਹਨਤ ਮਜ਼ਦੂਰੀ ਕਰਦੇ ਜੇ ਤੁਸੀਂ ਤੇ ਉਹਦੇ ਨਾਲ ਤੁਹਾਡਾ ਸਿਸਟਮ ਚੱਲਦਾ ਫਿਰ ਹਾਂ ਜੀ ਸ਼ੁਕਰ ਅੱਲਾ ਦਾ ਸ਼ੁਕਰ ਅੱਲਾ ਦਾ ਬਸ ਮੈਂ ਇਹੋ ਹੀ ਸੁਣਨਾ ਚਾਹਨੀ ਸਾਂ ਕਿ ਅੱਲਾ ਪਾਕ ਦਾ ਸ਼ੁਕਰ ਆ ਅੱਲਾ ਪਾਕ ਦਾ ਸ਼ੁਕਰ ਹੀ ਉਹਨਾਂ ਹੀ ਥੋੜਾ ਵਾ ਬਿਲਕੁਲ ਇਹ ਦੇਖੋ ਇਹ ਤੁਹਾਡੇ ਵਾਸਤੇ ਅੱਲਾ ਪਾਕ ਦੀ ਤਰਫੋਂ ਕੁਰਾਨ ਪਾਕ ਆ ਇਹ ਜਾਇ ਨਮਾਜ਼ ਆ ਕੁਰਾਨ ਪਾਕ ਸਾਡੇ ਰਮਜ਼ਾਨ ਦੇ ਮਹੀਨੇ ਨਾਜ਼ਲ ਹੋਇਆ ਸਾਡੇ ਉੱਪਰ ਤੁਹਾਨੂੰ ਕੁਰਾਨ ਪਾਕ ਦੇਣ ਦਾ ਮਕਸਦ ਇਹ ਵਾ ਇਹ ਬਾ ਤਰਜਮਾ ਕੁਰਾਨ ਪਾਕ ਆ ਇਹ ਤੁਸੀਂ ਜਦੋਂ ਬਾ ਤਰਜਮਾ ਪੜੋਗੇ ਤੇ ਫਿਰ ਤੁਹਾਨੂੰ ਸਮਝ ਆਏਗੀ ਜਦੋਂ ਸਮਝ ਆਏਗੀ ਫਿਰ ਸਾਡਾ ਦਿਲ ਵੀ ਕਰੇਗਾ ਅਸੀਂ ਕੁਰਾਨ ਪਾਕ ਦੇ ਹਿਸਾਬ ਨਾਲ ਅਸੀਂ ਜ਼ਿੰਦਗੀ ਗੁਜ਼ਾਰੀਏ ਤੇ ਇਹ ਮਹੀਨੇ ਦਾ ਰਾਸ਼ਨ ਆ ਰਾਸ਼ਨ ਦਾ ਡੱਬਾ ਵਾ ਇਹਦੇ 'ਚ ਹਰ ਉਹ ਚੀਜ਼ ਆ ਜਿਹੜੇ ਕਿਚਨ ਦੇ ਵਿੱਚ ਚੱਲਦੀ ਹੈ ਔਰ ਸਾਨੂੰ ਜ਼ਰੂਰਤ ਆ ਚਾਵਲ ਚੀਨੀ ਘੀ ਸੇਵੀਆਂ ਸ਼ਰਬਤ ਖਜੂਰਾਂ ਨਮਕ ਮਿਰਚ ਸਭ ਕੁਛ ਹੈ ਇਹਦੇ ਘਰ ਇਹ 20 ਕਿਲੋ ਦਾ ਥੈਲਾ ਮੇਰੇ ਭੈਣ ਇਹ ਮੇਰੀ ਭੈਣ ਇਹ ਵੀ ਅੱਲਾ ਪਾਕ ਦੀ ਤਰਫੋਂ ਆ ਇਹ ਕਬੂਲ ਕਰੋ ਬੜੀ ਮਿਹਰਬਾਨੀ ਮਿਹਰਬਾਨੀ ਮੇਰੇ ਅੱਲਾ ਪਾਕ ਦੀ ਹੈ ਕਿਉਂਕਿ ਇਹ ਅੱਲਾ ਦਾ ਪ੍ਰੋਗਰਾਮ ਹੈ ਇਹ ਅੱਲਾ ਪਾਕ ਹੀ ਸਾਨੂੰ ਰਹਿਨਮਾਈ ਕਰਦਾ ਵਾ ਤੇ ਅਸੀਂ ਅੱਲਾ ਪਾਕ ਦੀ ਰਹਿਨਮਾਈ ਨਾਲ ਤੁਹਾਡੇ ਕੋਲ ਪਹੁੰਚਦੇ ਹਾਂ ਅੱਲਾ ਪਾਕ ਤੁਹਾਡੇ ਵਾਸਤੇ ਆਸਾਨੀਆਂ ਕਰੇ ਅੱਲਾ ਪਾਕ ਤੁਹਾਨੂੰ ਬਹੁਤਾ ਦੇਵੇ ਤਾਂ ਗਾਂ ਤੁਸੀਂ ਵੀ ਤੁਹਾਡੇ ਵਰਗੇ ਭੈਣ ਭਰਾਵਾਂ ਨੂੰ ਚੇਤੇ ਰੱਖੋ ਇਨਸ਼ਾਅੱਲਾ ਇਹ ਭੈਣ ਜੀ ਜੋ ਕੁਛ ਵੀ ਹੈ ਨਾ ਹਾਂਜੀ ਇਹ ਅੱਲਾ ਪਾਕ ਦੀ ਤਰਫੋਂ ਸਾਡਾ ਕੋਈ ਆਸਾਨ ਨਹੀਂ ਸਾਡਾ ਕੋਈ ਕਮਾਲ ਨਹੀਂ ਬਸ ਦੁਆ ਕਰਿਓ ਉਹਨਾਂ ਲੋਕਾਂ ਵਾਸਤੇ ਜਿਹੜੇ ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਨੇ ਓਕੇ ਮੇਰੀ ਭੈਣ ਅੱਲਾ ਹਾਫਿਜ਼ ਅੱਲਾ ਹਾਫਿਜ਼ ਭੈਣ ਜੀ